ਨਹੀਂ ਰੁਕ ਰਹੇ ਚੋਰੀਆਂ ਦੇ ਸਿਲਸਿਲੇ। ਘਰਾਂ ਦੁਕਾਨਾਂ ਤੋਂ ਬਾਅਦ ਚੋਰਾਂ ਨੇ ਹੁਣ ਗੁਰੂ ਘਰ 'ਚ ਕੀਤੀ ਚੋਰੀ। ਗੋਲਕ ਦਾ ਤਾਲਾ ਤੋੜ ਕੇ ਕੱਢ ਲਈ ਸਾਰੀ ਨਕਦੀ। ਦੱਸਦੇ ਕਿ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ, ਜਿੱਥੇ ਚੋਰਾਂ ਵੱਲੋਂ ਹੁਣ ਗੁਰੂ ਘਰ ਦੇ ਵਿੱਚ ਚੋਰੀ ਕੀਤੀ ਗਈ ਹੈ, ਜਿਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਦੋ ਲੁਟੇਰੇ ਬੇਖੌਫ ਹੋ ਕੇ ਗੁਰੂ ਘਰ ਦੇ ਵਿੱਚ ਦਾਖਲ ਹੁੰਦੇ ਨੇ, ਤੇ ਜਿਸ ਤੋਂ ਬਾਅਦ ਇਹ ਸਾਹਮਣੇ ਪਏ ਗੋਲਕ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਨੇ। ਵੇਖ ਸਕਦੇ ਹੋ ਇਹਨਾਂ ਦੇ ਹੱਥ ਦੇ ਵਿੱਚ ਇੱਕ ਕਟਰ ਵਿਖਾਈ ਦੇ ਰਿਹਾ, ਜਿਸ ਦੇ ਨਾਲ ਇਹ ਤਾਲਾ ਤੋੜਨ ਦੀ ਕੋਸ਼ਿਸ਼ ਕਰਦੇ ਨੇ, ਅਤੇ ਕਈ ਕੋਸ਼ਿਸ਼ਾਂ ਤੋਂ ਬਾਅਦ ਇਸ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ। ਜਿਸ ਤੋਂ ਬਾਅਦ ਉਸ ਦੇ ਵਿੱਚ ਪਈ ਸਾਰੀ ਨਕਦੀ ਇਹਨਾਂ ਵੱਲੋਂ ਕੱਢ ਲਈ ਜਾਂਦੀ ਹੈ, ਤੇ ਇੱਕ ਕੱਪੜੇ ਦੇ ਵਿੱਚ ਪਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸਦੇ ਕਿ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ, ਜਿੱਥੇ ਪਿੰਡ ਮੰਨਣ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਵਿਖੇ ਬੀਤੀ ਰਾਤ ਇਹਨਾਂ ਅਣਪਛਾਤੇ ਚੋਰਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਪਹਿਲਾਂ ਤਾਂ ਗੋਲਕ ਨੂੰ ਤੋੜਿਆ ਜਾਂਦਾ ਹੈ, ਤੇ ਉਸਦੇ ਵਿੱਚ ਚੜਾਵੇ ਲਈ ਸਾਰੀ ਨਕਦੀ ਨੂੰ ਮੌਕੇ ਤੋਂ ਚੋਰੀ ਕਰ ਲਿਆ ਜਾਂਦਾ ਹੈ, ਜਿਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੋ ਬੇਖੌਫ ਲੁਟੇਰੇ ਸਾਫ਼ ਸਾਫ਼ ਨਜ਼ਰ ਆ ਰਹੇ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ, ਜਿਸ ਤੋਂ ਬਾਅਦ ਇਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਜਿਸ ਤੋਂ ਬਾਅਦ ਇਸ ਸੰਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ, ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧੀ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਇਸ ਸੰਬੰਧ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਚੋਰੀਆਂ ਸਾਡੇ ਸਭ ਬਹੁਤ ਜ਼ਿਆਦੀਆਂ ਹੁੰਦੀਆਂ ਜੀ, ਕਦੀ ਕਿਸੇ ਦਾ ਟਰਾਂਸਫਾਰਮ ਲੈ ਗਏ, ਕਿਸੇ ਦੀਆਂ ਵਾਲੀਆਂ ਲੈ ਗਈਆਂ, ਕਿਸੇ ਦੇ ਘਰਾਂ 'ਚੋਂ ਚੋਰੀ ਹੋ ਗਈ, ਬਹੁਤ ਜ਼ਿਆਦੀਆਂ ਚੋਰੀਆਂ ਹੁੰਦੀਆਂ। ਕਰਦੇ ਜਿਹੜੇ ਅਵੇਲੀ ਬੰਦੇ ਆ ਉਹ ਕਰਦੇ ਆ ਜੀ, ਅਤੇ ਸਾਡੇ ਵੀ ਰਾਤ ਕੋਈ 11:30-12 ਵਜੇ ਦਾ ਟਾਈਮ ਸੀ, ਗੋਲਕ ਭੰਨ ਕੇ ਦੋ ਜਣੇ ਅੰਦਰ ਗਏ, ਤੰਦਰਾ ਤੋੜਿਆ, ਬਾਹਰਲਾ ਗੇਟ ਤੋੜਿਆ, ਅਤੇ ਗਰਿੱਲ ਤੋੜ ਕੇ ਅੰਦਰ ਤੰਦਰੇ ਥੋੜ੍ਹੀ ਗਏ ਆ ਜੀ। ਫਿਰ ਉਹਨਾਂ ਕਟਰ ਨਾਲ ਪਤਾ ਨਹੀਂ ਕਾਹਦੇ ਨਾਲ ਵੱਢੀਆਂ ਗੋਲਕਾਂ ਦੋਵੇਂ ਬੰਨਿਆਂ ਤੋੜ ਕੇ, ਫਿਰ ਉਹ ਪੈਸੇ ਕੱਢ ਕੇ ਲੈ ਗਏ। ਦੋ ਜਣੇ ਨਜ਼ਰ ਆਉਂਦੇ, ਬਾਕੀ ਨਹੀਂ ਆਉਂਦੇ ਜੀ। ਲੋਕ ਹੁਣ ਗੁਰੂ ਘਰ ਨੂੰ ਨਹੀਂ ਬਖਸ਼ੇ, ਕੋਈ ਬੇਖੌਫ ਹੋ ਗਏ ਲੋਕ ਜੀ, ਬਹੁਤ ਜਿੰਨੇ ਸਾਨੂੰ ਜੀਵਨ ਦਾਨ ਦਿੱਤਾ ਉਹ ਤੋਂ ਵੀ ਨਹੀਂ ਅਸੀਂ ਡਰਦੇ, ਬਹੁਤ ਮਾੜੀ ਘਟਨਾ ਹੋਈ ਹੈ ਜੀ। ਪਿੰਡ ਵਿੱਚ ਗੁਰਦੁਆਰਾ ਸਾਹਿਬ ਚੋਰੀ ਹੋਈ ਹੈ, ਤੇ ਕੀ ਸਾਰਾ ਮਾਮਲਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ? ਨਾ, ਗੁਰਦੁਆਰਾ ਆਪਣੇ ਗੁਰੂ ਨਾਨਕ ਦੇਵ ਜੀ ਦਾ ਆਪਣਾ ਹੈਗਾ ਪਿੰਡ ਮੰਨਣ ਵਿੱਚ ਗੁਰਦੁਆਰਾ ਸਾਹਿਬ, ਉੱਥੇ ਗ੍ਰੰਥੀ ਹੈ ਗੁਰਵਿੰਦਰ ਸਿੰਘ, ਉਹਦੇ ਬਿਆਨ 'ਤੇ ਉਹਨੇ ਲਿਖਵਾਇਆ ਕਿ ਇਸ ਗੁਰਦੁਆਰਾ ਸਾਹਿਬ ਵਿੱਚ ਗੱਲੇ ਚੁੰਮੜ ਕੇ ਚੋਰੀ ਕੀਤੀ ਗਈ ਹੈ, ਅਤੇ ਕੋਈ ਕਰੀਬ 1,00,000 ਰੁਪਇਆ ਚੋਰੀ ਕੀਤਾ ਗਿਆ ਚੋਰਾਂ ਨੇ। ਨਾਮ ਨੂੰ ਵਿਅਕਤੀ ਹੈ, ਅਤੇ ਜਿਸ ਵਧੀ ਇਹ ਮੁਕੱਦਮਾ ਨੰਬਰ 1 ਅਤੇ ਮਿਤੀ 3/1/24 04/57/380 ਦਾ ਦਰਜ ਕਰਤਾ ਜੀ। ਬਾਕੀ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਤਰਨ ਤਾਰਨ ਦੇ ਪਿੰਡ ਮੰਨਣ ਦੇ ਵਿੱਚ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਚੋਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਔਰ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਗੁਰਦੁਆਰਾ ਸਾਹਿਬ ਦੀ ਤਸਵੀਰ ਹੈ, ਇਹਦੇ ਅੰਦਰ ਜਿੱਥੇ ਗੋਲਕ ਪਈ ਸੀ, ਗੋਲਕ ਦੇ ਵਿੱਚੋਂ ਚੋਰਾਂ ਵੱਲੋਂ 1,00,000 ਦੇ ਕਰੀਬ ਜਿਹੜੀ ਨਕਦੀ ਹੈ ਉਹ ਚੋਰੀ ਕੀਤੀ ਗਈ ਹੈ। ਫਿਲਹਾਲ ਘਟਨਾ ਜਿਹੜੀ ਹੈ ਸਾਰੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ, ਔਰ ਕੰਨ ਟੱਪ ਕੇ ਦੱਸਿਆ ਜਾ ਰਿਹਾ ਕਿ ਚੋਰ ਜਿਹੜੇ ਸੀ ਅੰਦਰ ਦਾਖਲ ਹੋਏ ਸੀ। ਸੀਸੀਟੀਵੀ ਕੈਮਰੇ ਦੇ ਵਿੱਚ ਦੋ ਚੋਰ ਸਾਫ਼ ਨਜ਼ਰ ਆ ਰਹੇ ਨੇ, ਕਿਸ ਤਰੀਕੇ ਦੇ ਨਾਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ। ਹਾਲਾਂਕਿ ਦੱਸਿਆ ਬੇਖੌਫ ਚੋਰ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਜਿਨ੍ਹਾਂ ਨੇ ਗੁਰੂ ਘਰ ਵੀ ਜਿਹੜਾ ਹੈ ਨਹੀਂ ਬਖਸ਼ਿਆ। ਫਿਲਹਾਲ ਪੁਲਿਸ ਵੱਲੋਂ ਇਹਨਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਔਰ ਪੁਲਿਸ ਨੇ ਮਾਮਲੇ ਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਦੇ ਆਧਾਰ 'ਤੇ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18।